ਸਤਿ ਸ਼੍ਰੀ ਅਕਾਲ, ਮੈਂ ਭਾਵਨਾ। ਦੈਨਿਕ ਸਵੇਰਾ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਹੁਣ ਨਜ਼ਰ ਮਾਰਦੇ ਆ ਅੱਜ ਦੀਆਂ ਮੁੱਖ ਖਬਰਾਂ ਤੇ। ਭੋਪਾਲ ਦੀ ਸਾਂਸਦ ਪ੍ਰਗਿਆ ਠਾਕੁਰ ਇੱਕ ਵਾਰੀ ਫੇਰ ਫਸੀ ਵਿਵਾਦ ਦਾ ਛੇ, ਜਹਾਜ਼ ਵਿੱਚ ਹੀ ਲਗਾ ਦਿੱਤਾ ਧਰਨਾ। ਮੰਡੀ ਗੋਬਿੰਦਗੜ੍ਹ ਦੇ ਇੱਕ ਘਰ ਵਿੱਚੋਂ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੀਆਂ ਦੋ ਔਰਤਾਂ ਨੂੰ ਪੁਲਿਸ ਨੇ ਕੀਤਾ ਕਾਬੂ। ਵੱਧਦੀ ਠੰਡ ਲੋਕਾਂ ਲਈ ਬਣੀ ਜਾਨਲੇਵਾ, ਇਸੇ ਠੰਡ ਨੇ ਫਾਜ਼ਿਲਕਾ ਦੇ ਇੱਕ ਵਿਅਕਤੀ ਦੀ ਲਈ ਜਾਨ। ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੀ ਭੋਪਾਲ ਦੀ ਸਾਂਸਦ ਪ੍ਰਗਿਆ ਠਾਕੁਰ ਇੱਕ ਵਾਰੀ ਫਿਰ ਵਿਵਾਦਾਂ 'ਚ ਫਸ ਗਈ ਹੈ। ਜਹਾਜ਼ ਦੇ ਵਿੱਚ ਮਨਚਾਹੀ ਸੀਟ ਨਾ ਮਿਲਣ ਕਾਰਨ ਪ੍ਰਗਿਆ ਠਾਕੁਰ ਜਹਾਜ਼ ਦੇ ਵਿੱਚ ਹੀ ਧਰਨੇ 'ਤੇ ਬੈਠ ਗਈ। ਅਗਰ ਆਪਕੀ ਵਜ੍ਹਾ ਸੇ ਏਕ ਆਦਮੀ ਔਰ ਵੀ ਪਰੇਸ਼ਾਨ ਹੋ ਰਹਾ ਹੈ, ਯੂ ਸ਼ੁਡ ਓਨ ਅਪ ਬਿਕੋਜ਼ ਯੂ ਆਰ ਦਾ ਲੀਡਰ। ਆਪਕੋ ਇਸ ਬਾਤ ਕੀ ਸ਼ਰਮ ਨਹੀਂ ਹੈ ਕਿ 50 ਲੋਗੋ ਕੋ ਯੂ ਹੈਵ ਹੈਲਡ ਪੀਪਲ ਐਟ ਰੈਂਸਮ। ਹਮੇਸ਼ਾ ਵਿਵਾਦਾਂ ਚ ਰਹਿਣ ਵਾਲੀ ਭੋਪਾਲ ਦੀ ਸਾਂਸਦ ਪ੍ਰਗਿਆ ਠਾਕੁਰ ਇੱਕ ਵਾਰ ਫਿਰ ਵਿਵਾਦਾਂ ਚ ਆ ਚੁੱਕੀ ਹੈ। ਦਰਅਸਲ ਸਾਧਵੀ ਪ੍ਰਗਿਆ ਭੋਪਾਲ ਤੋਂ ਦਿੱਲੀ ਆ ਰਹੀ ਫਲਾਈਟ ਦੇ ਵਿੱਚ ਮਨਚਾਹੀ ਸੀਟ ਨਾ ਮਿਲਣ ਦੇ ਕਾਰਨ ਧਰਨੇ ਤੇ ਬੈਠ ਗਈ, ਜਿਸ ਦੇ ਕਾਰਨ ਫਲਾਈਟ 'ਚ ਮੌਜੂਦ ਹੋਰ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਸਾਧਵੀ ਪ੍ਰਗਿਆ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਅਤੇ ਦੇਖਦੇ ਹੀ ਦੇਖਦੇ ਸਾਧਵੀ ਪ੍ਰਗਿਆ ਦਾ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਟ੍ਰੈਂਡ ਕਰਨ ਲੱਗ ਗਿਆ। ਤਾਂ ਤੁਸੀਂ ਦੇਖਿਆ ਕਿ ਵੀਡੀਓ ਦੇ ਵਿੱਚ ਕਿਵੇਂ ਇੱਕ ਯਾਤਰੀ ਪ੍ਰਗਿਆ ਠਾਕੁਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਅਤੇ ਜਦੋਂ ਪ੍ਰਗਿਆ ਠਾਕੁਰ ਨੇ ਫਲਾਈਟ ਤੋਂ ਉਤਰਨ ਤੋਂ ਮਨਾ ਕਰ ਦਿੱਤਾ ਤਾਂ ਉਸ ਵਿਅਕਤੀ ਨੇ ਪ੍ਰਗਿਆ ਨੂੰ ਇੱਥੋਂ ਤੱਕ ਆਖ ਦਿੱਤਾ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਤੁਹਾਡੀ ਵਜ੍ਹਾ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੰਪਸ ਹੋਣਾ ਚਾਹੀਏ ਕਿ ਅਗਰ ਆਪਕੀ ਵਜ੍ਹਾ ਸੇ ਏਕ ਆਦਮੀ ਔਰ ਵੀ ਪਰੇਸ਼ਾਨ ਹੋ ਰਹਾ ਹੈ, ਯੂ ਸ਼ੁਡ ਓਨ ਅਪ ਬਿਕੋਜ਼ ਯੂ ਆਰ ਦਾ ਲੀਡਰ। ਆਪਕੋ ਇਸ ਬਾਤ ਕੀ ਸ਼ਰਮ ਨਹੀਂ ਹੈ ਕਿ 50 ਲੋਗੋ ਕੋ ਯੂ ਹੈਵ ਹੈਲਡ ਪੀਪਲ ਐਟ ਰੈਂਸਮ। ਪ੍ਰਗਿਆ ਠਾਕੁਰ ਦੀ ਜਿੱਤ ਦੇ ਕਾਰਨ ਜਹਾਜ਼ ਭੋਪਾਲ ਤੋਂ 20 ਮਿੰਟ ਦੀ ਦੇਰੀ ਦੇ ਬਾਅਦ ਵਾਪਸ ਦਿੱਲੀ ਰਵਾਨਾ ਹੋਇਆ, ਜਿਸ ਕਾਰਨ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। ਮੰਡੀ ਗੋਬਿੰਦਗੜ੍ਹ ਦੇ ਇੱਕ ਘਰ ਵਿੱਚੋਂ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੀਆਂ ਦੋ ਔਰਤਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੇ ਦੱਸ ਦਈਏ ਕਿ ਇਹ ਔਰਤਾਂ ਨੇਪਾਲ ਦੀਆਂ ਰਹਿਣ ਵਾਲੀਆਂ ਨੇ ਤੇ ਇਹਨਾਂ ਕੋਲੋਂ ਮੋਹਾਲੀ ਤੋਂ ਕੀਤੀ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ ਗਿਆ। ਮੰਡੀ ਗੋਬਿੰਦਗੜ੍ਹ ਦੇ ਇੱਕ ਘਰ ਚੋਂ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੀਆਂ ਔਰਤਾਂ ਨੂੰ ਪੁਲਿਸ ਨੇ ਕਾਬੂ ਕੀਤਾ। ਜਾਣਕਾਰੀ ਦੇ ਮੁਤਾਬਕ ਇਹ ਔਰਤਾਂ ਨੇਪਾਲ ਦੀਆਂ ਰਹਿਣ ਵਾਲੀਆਂ ਨੇ, ਜਿਨ੍ਹਾਂ ਨੂੰ ਪੁਲਿਸ ਨੇ ਗਹਿਣੇ, ਨਗਦੀ ਤੇ ਮਕਾਨ ਦੀਆਂ ਰਜਿਸਟਰੀ ਸਮੇਤ ਗ੍ਰਿਫਤਾਰ ਕੀਤਾ। ਇੰਨਾ ਹੀ ਨਹੀਂ, ਇਹਨਾਂ ਦੇ ਕੋਲੋਂ ਮੋਹਾਲੀ ਤੋਂ ਚੋਰੀ ਕੀਤਾ ਸਮਾਨ ਵੀ ਬਰਾਮਦ ਹੋਇਆ, ਜਿਸ ਦੀ ਜਾਣਕਾਰੀ ਅਮਲੋਹ ਦੇ DSP ਸੁਖਵਿੰਦਰ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ। 18-12 ਨੂੰ ਅੰਜਨਾ ਗੋਇਲ ਨਾਲ ਦੇ ਇੱਥੇ ਇੱਕ ਲੇਡੀ ਰਹਿੰਦੇ, ਉਹਨਾਂ ਨੇ ਪੁਲਿਸ ਨੂੰ ਦੱਸਿਆ ਕਿ 17-18 ਦੀ ਰਾਤ ਨੂੰ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਗਈ। ਉਹਨਾਂ ਦੇ ਘਰ ਦੇ ਵਿੱਚ ਇੱਕ ਲੱਕੜ ਦੇ ਸੰਦੂਕ ਸੀਗਾ, ਜਿਹਨੂੰ ਸੈਟੀ ਟਾਈਪ ਆਪਾਂ ਕਹਿ ਦਿੰਦੇ ਹਾਂ, ਉਹਦੇ 'ਚ ਉਹਨਾਂ ਦੀ ਅਮਾਊਂਟ ਪਈ ਸੀ ਹਾਰਡ ਕੈਸ਼ ਅਤੇ ਕੁਛ ਚਾਂਦੀ ਦੀਆਂ ਆਈਟਮ ਸੀਗੀਆਂ, ਜਿਹਦੇ ਵਿੱਚ ਗਹਿਣੇ ਸੀ ਜਾਂ ਕੁਛ ਹੋਰ ਆਈਟਮ ਸੀ ਚਾਂਦੀ ਦੀਆਂ, ਵੀ ਉਹ ਕੋਈ ਚੋਰੀ ਕਰਕੇ ਲੈ ਗਿਆ। ਜੋ ਉਹਨਾਂ ਦੇ ਬਿਆਨ ਦੇ ਆਧਾਰ 'ਤੇ ਕੇਸ ਰਜਿਸਟਰ ਕੀਤਾ ਗਿਆ ਅਤੇ ਕੱਲ੍ਹ ਰਾਤ ਪੁਲਿਸ ਨੇ ਇਹ ਮੁਕੱਦਮਾ ਕਲੀਅਰ ਕਰਤਾ ਔਰ ਇਹਦੇ ਵਿੱਚ 4 ਲੱਖ ਰੁਪਇਆ ਜਿਹੜੇ ਉਹਨਾਂ ਦੇ ਚੋਰੀ ਹੋਏ ਸੀ ਉਹ, ਅਤੇ ਪਲੱਸ ਉਹਨਾਂ ਦੇ ਚਾਂਦੀ ਦੇ ਜਿਹੜੀਆਂ ਆਈਟਮ ਸੀਗੀਆਂ ਉਹ ਸਾਰੀਆਂ ਬਰਾਮਦ ਕਰ ਲਈਆਂ। ਇਹ ਚੋਰੀ ਉਹਨਾਂ ਦੇ ਘਰੇ ਕੋਈ ਕੰਮ ਕਰਦੀ ਸੀ ਲੇਡੀ, ਇੱਕ ਗੀਤਾ ਨਾਂ ਦੀ, ਅਤੇ ਉਹਦੀ ਇੱਕ ਹੋਰ ਸਾਥੀ ਦੋਸ਼ਨ ਸੀ ਈਸ਼ੂ, ਇਹ ਉਹਨਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਘਰੇਲੂ ਨੌਕਰ ਰੱਖਣ ਤੋਂ ਪਹਿਲਾਂ ਇਸ ਬਾਰੇ ਪੂਰੀ ਜਾਣਕਾਰੀ ਸੰਬੰਧਿਤ ਥਾਣੇ 'ਚ ਜਮ੍ਹਾਂ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ, ਪਰ ਅਜੇ ਵੀ ਇਹਨਾਂ ਹੁਕਮਾਂ ਦੀ ਪਾਲਣਾ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਅਜਿਹੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਫਤਿਹਗੜ੍ਹ ਸਾਹਿਬ ਤੋਂ ਸੰਜੇ ਸੈਣੀ, ਦੈਨਿਕ ਸਵੇਰਾ ਟੀਵੀ। ਵੱਧਦੀ ਠੰਡ ਲੋਕਾਂ ਲਈ ਜਾਨਲੇਵਾ ਸਿੱਧ ਹੋ ਰਹੀ ਹੈ, ਜਿਸ ਨੇ ਲੋਕਾਂ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ। ਇਸੇ ਤਰ੍ਹਾਂ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ 'ਚ ਠੰਡ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਪਛਾਣ ਲੇਖਰਾਜ ਵਜੋਂ ਹੋਈ ਹੈ ਤੇ ਉਹ ਮਹਿੰਦੀ ਦਾ ਕੰਮ ਕਰਦਾ ਸੀ। ਦੱਸ ਦਈਏ ਕਿ ਇੱਕ ਸਮਾਜ ਸੇਵਾ ਸੰਸਥਾ ਵੱਲੋਂ ਕੰਬਲ ਵੰਡੇਂਗੇ ਤੇ ਕੰਬਲ ਲੈਣ ਦੇ ਕੁਝ ਸਮੇਂ ਬਾਅਦ ਹੀ ਲੇਖਰਾਜ ਦੀ ਮੌਤ ਹੋ ਗਈ। ਵੱਧ ਰਹੀ ਠੰਡ ਕਈ ਲੋਕਾਂ ਲਈ ਜਾਨਲੇਵਾ ਸਾਬਿਤ ਹੋ ਰਹੀ ਹੈ।
कड़ाके की ठंड ने जिंदगी की रफ्तार नूं मठा कर दिता है। इस ठंड के कारण ही फाजिलका दे विच एक व्यक्ति की मौत हो गई जिसकी पछाण लेखराज के रूप च हुई है जो कि मेहंदी लगाउण दा काम करता सी। फिलहाल पुलिस दे वलों लाश नूं कब्जे च लै कार्रवाई की जा रही है। ਅਸੀਂ ਸੁਬਾਹ ਦੀ ਅਸੀਂ ਸੰਸਥਾ ਵੱਲੋਂ ਜੀ ਗਰੀਬਾਂ ਨੂੰ ਜੀ ਗਰਮ ਕੱਪੜੇ ਵੰਡਣ ਗਈ ਸੀ ਅਤੇ ਆਹ ਸਰਕਾਰੀ ਹੋਸਪਿਟਲ ਦੇ ਬਾਹਰ ਜਦੋਂ ਅਸੀਂ ਲੰਘੇ ਅਤੇ ਆਹ ਪੇੜ ਦੇ ਥੱਲੇ ਕੰਬੀ ਜਾਂਦੇ ਸੀ। ਜਦੋਂ ਅਸੀਂ ਇਸ ਸ਼ਖਸ ਕੋਲ ਗਏ ਤਾਂ ਇਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਅਤੇ ਇਹਨੇ ਇਹਦੇ ਬਦਨ 'ਤੇ ਦੀ ਅੱਧੇ ਕੱਪੜੇ ਪਾਏ ਹੋਏ ਸੀ। ਇਹਨੂੰ ਅਸੀਂ ਕੱਪੜੇ ਭਰਾਏ ਅਤੇ ਇਹਨੂੰ ਰਜਾਈ ਦੇ ਕੇ ਇਹਨੂੰ ਮਤਲਬ ਸਰਦੀ ਤੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਅਤੇ ਇਹਦੇ ਇਲਾਜ ਬਾਰੇ ਆਸ ਪੜੋਸ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਸ ਸ਼ਖਸ ਨੂੰ ਜੀ ਬਿਮਾਰ ਹੈ, ਬਹੁਤ ਜ਼ਿਆਦਾ ਬਿਮਾਰ ਹੈ, ਟੀ ਬੀ ਵਗੈਰਾ ਹੈ ਅਤੇ ਅਸੀਂ ਸੰਸਥਾ ਵੱਲੋਂ ਸੋਚਿਆ ਵੀ ਸੀ ਕਿ ਇਹਨੂੰ ਹੁਣ ਦਾਖਲ ਕਰਾਇਆ ਜਾਏਗਾ, ਡਾਕਟਰ ਸਾਹਿਬ ਨਾਲ ਗੱਲ ਕਰਕੇ ਇਹਨੂੰ ਜੋ ਵੀ ਹੋ ਸਕਦਾ ਉਹ ਸਹਾਇਤਾ ਦਿੱਤੀ ਜਾਏਗੀ। ਪਰ ਅਸੀਂ 10 ਮਿੰਟ ਬਾਅਦ ਜਦੋਂ ਅਸੀਂ ਅੱਗੇ ਕੱਪੜੇ ਬੰਨ ਕੇ ਜਦੋਂ ਅਸੀਂ ਵਾਪਸ ਆਉਂਦੇ ਹਾਂ ਜੀ ਦੀ ਇਹਦੇ ਮੌਕੇ 'ਤੇ ਦੀ ਡੈਥ ਹੋ ਜਾਂਦੀ ਹੈ। ਉਹਨਾਂ ਆਈਡੈਂਟੀਫਾਈ ਡੈਡ ਬੋਡੀ ਮਿਲੀ ਹੈ, ਠੰਡ ਲੱਗਣ ਕਰਕੇ ਮੌਤ ਹੋ ਗਈ। ਉਸ ਸੰਬੰਧੀ ਸਿਵਲ ਹਸਪਤਾਲ ਆਏ ਹਾਂ, ਉਹਦੀ ਜੇਬ 'ਚ ਕੋਈ ਸਾਨੂੰ ਫੋਨ ਨੰਬਰ ਮਿਲਿਆ, ਉਹਨਾਂ ਨੂੰ ਸੰਪਰਕ ਕਰ ਰਹੇ ਹਾਂ ਅਤੇ ਵਾਰਸਾ ਤੱਕ ਪਹੁੰਚ ਕੇ ਤੁਹਾਨੂੰ ਵਾਰਸਾ ਨੂੰ ਬੁਲਾ ਕੇ ਜਿਹੜੀ ਬੰਦੀ ਕਰਨੀ ਕਰ। ਫਾਜ਼ਿਲਕਾ ਤੋਂ ਰਣਜੀਤ ਸਿੰਘ, ਦੈਨਿਕ ਸਵੇਰਾ ਟੀਵੀ। ਤਰਨਤਾਰਨ ਪੁਲਿਸ ਨੇ ਮਨਦੀਪ ਸਿੰਘ ਨਾਮ ਦੇ ਵਿਅਕਤੀ ਨੂੰ ਨਸ਼ਾ ਤਸਕਰੀ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਹੈ ਅਤੇ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਆਰੋਪੀ 535 ਕਿਲੋ ਚੂਰਾ ਪੋਸਟ 'ਤੇ ਇੱਕ ਹਥਿਆਰ ਵੀ ਬਰਾਮਦ ਕੀਤਾ ਗਿਆ। ਫਿਲਹਾਲ ਪੁਲਿਸ ਨੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਰਨ ਤਾਰਨ ਪੁਲਿਸ ਵੱਲੋਂ ਚੋਲਾ ਸਾਹਿਬ ਦੇ ਇੱਕ ਵਿਅਕਤੀ ਨੂੰ ਨਸ਼ਾ ਤਸਕਰੀ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਉਕਤ ਆਰੋਪੀ ਪਾਸੋਂ 35 ਕਿਲੋ ਚੂਰਾ ਪੋਸਟ ਦੇ ਇੱਕ ਹਥਿਆਰ ਵੀ ਬਰਾਮਦ ਕੀਤਾ ਹੈ। ਪੁਲਿਸ ਦੇ ਵੱਲੋਂ ਫੜੇ ਗਏ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਚੋਲਾ ਸਾਹਿਬ ਦੇ ਵਿੱਚ ਇੱਕ ਮਨਦੀਪ ਸਿੰਘ ਇਲੀਅਸ ਮਨੀ ਬੰਦਾ ਜਿਹੜਾ ਅੱਜ ਫੜਿਆ ਗਿਆ, ਜਿਹਦੇ 'ਤੇ ਆਲਰੇਡੀ 4 ਪਰਚੇ ਦਰਜ ਸੀਗੇ। ਇਹਦੇ ਤੋਂ 35 ਕਿਲੋ ਦੇ ਕਰੀਬ ਚੋਰਾ ਪੋਸਟ ਦੀ ਬਰਾਮਦਗੀ ਹੋਈ ਹੈ। ਇਹਦੇ ਜਿਹੜੇ ਕੁਛ ਇਹਦੇ ਤੋਂ ਵੈਪਨ ਜਿਹੜਾ ਬਰਾਮਦ ਹੋਇਆ ਉਹ ਵੀ ਦੇਖਿਆ ਜਾ ਰਿਹਾ ਕਿ ਉਹ ਲਾਇਸੈਂਸੀ ਹੈਗਾ ਕਿ ਗੈਰ ਲਾਇਸੈਂਸੀ, ਕਿਸੇ ਉਹਦੇ ਨਾਲ ਕੋਈ ਉਹਨੇ ਕੋਈ ਗਲਤ ਨਜਾਇਜ਼ ਹਰਕਤ ਤਾਂ ਨਹੀਂ ਉਹੋ ਜਿਹੀ ਕੋਈ ਕੀਤੀ ਹੈਗੀ, ਉਹ ਸਾਰੀ ਚੀਜ਼ ਨੂੰ ਵੈਰੀਫਾਈ ਕੀਤਾ ਜਾ ਰਿਹਾ, ਪਰਚਾ ਦਰਜ ਕਰ ਦਿੱਤਾ। ਪੁਲਿਸ ਨੇ ਵੀ ਦੱਸਿਆ ਕਿ ਫੜੇ ਗਏ ਵਿਅਕਤੀ ਮਨਦੀਪ ਸਿੰਘ ਦੇ ਖਿਲਾਫ਼ ਪਹਿਲਾਂ ਵੀ ਹੋਰ ਕਈ ਮਾਮਲੇ ਦਰਜ ਨੇ, ਜਿਸ ਤੋਂ ਹੁਣ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਰਨ ਤਾਰਨ ਤੋਂ ਸੁਖਜਿੰਦਰ ਸਿੰਘ, ਦੈਨਿਕ ਸਵੇਰਾ ਟੀਵੀ। ਫਤਿਹਗੜ੍ਹ ਸਾਹਿਬ ਦੇ ਸਰਹੰਦ 'ਚ ਰੇਲ ਥੱਲੇ ਆਉਣ ਨਾਲ ਇੱਕ ਕੀਮੈਨ ਦੀ ਡਿਊਟੀ ਦੌਰਾਨ ਮੌਤ ਹੋ ਗਈ। ਗੇਟਮੈਨ ਦੇ ਮੁਤਾਬਿਕ ਕੀਮੈਨ ਜਦੋਂ ਸਵੇਰੇ ਸਰਹੰਦ ਸਾਈਡ ਤੋਂ ਲਾਈਨ ਦੀ ਮੁਰੰਮਤ ਕਰ ਰਿਹਾ ਸੀ ਤਾਂ ਅਚਾਨਕ ਰੇਲ ਆ ਗਈ, ਜਿਸ ਦੇ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਫਤਿਹਗੜ੍ਹ ਸਾਹਿਬ ਦੇ ਸਰਹੰਦ 'ਚ ਰੇਲ ਗੱਡੀ ਹੇਠਾਂ ਆਉਣ ਨਾਲ ਇੱਕ ਕੀਮੈਨ ਦੀ ਡਿਊਟੀ ਦੌਰਾਨ ਮੌਤ ਹੋ ਗਈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਰੇਲ ਵਿਭਾਗ ਦੇ ਕਰਮਚਾਰੀ ਨੇ ਦੱਸਿਆ ਕਿ ਜਦੋਂ ਸਵੇਰ ਦੇ ਸਮੇਂ ਕੀਮੈਨ ਸਰਹੰਦ ਸਾਈਡ ਤੋਂ ਲਾਈਨ ਦੀ ਮੁਰੰਮਤ ਕਰ ਰਿਹਾ ਸੀ ਤਾਂ ਅਚਾਨਕ ਰੇਲ ਗੱਡੀ ਦੀ ਚਪੇੜ ਦੇ ਵਿੱਚ ਆ ਗਿਆ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਗੇਟਮੈਨ ਗਿਆਨ ਚੰਦ ਹੈ, ਗੇਟ ਨੰਬਰ 3 ਸੀ ਤੋਂ, ਅਤੇ 10:30 ਵਾਲੀ ਗੱਡੀ ਨਾਲ ਹੋਇਆ 64511 ਸਨਾਸੇ ਆ ਰਹੀ ਸੀ ਅਤੇ ਫਤਿਹਗੜ੍ਹ ਸਾਹਿਬ ਨੂੰ ਜਾ ਰਹੀ ਸੀ ਡਿਊਟੀ ਕਰਕੇ, ਅਤੇ ਇਹਨਾਂ ਦੇ ਨਾਲ ਟ੍ਰੇਨ ਨੇ ਪਿੱਛੇ 'ਤੇ ਟੱਕਰ ਮਾਰੀ ਇਹਨਾਂ ਨੂੰ ਗੇਟ ਤੱਕ ਕੰਮ ਕਰਦਿਆਂ ਨੂੰ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਰੇਲਵੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰੇਲਵੇ ਸਟੇਸ਼ਨ ਮਾਨਸਾ ਸੰਦ ਵੱਲੋਂ ਵੀ ਇੱਕ ਉਹ ਕੀਮੈਨ ਸੀ ਚਿੰਤਾਮਨੀ, ਇਹ ਆਪਣੀ ਡਿਊਟੀ ਕਰ ਰਿਹਾ ਸੀ, ਆ ਕੇ ਫਤਿਹਗੜ੍ਹ ਸਾਹਿਬ ਨੂੰ ਜਾ ਰਿਹਾ ਸੀ, ਪੁਲ ਦੇ ਉੱਪਰ ਲੰਘਣ ਲੱਗਿਆ ਅਤੇ ਉਹ ਅੱਗੇ ਕ੍ਰਾਸ ਕਰਕੇ ਪਿੱਛੋਂ ਗੱਡੀ ਦਾ ਟਕਰਾ ਗਿਆ, ਕਿ ਟਕਰਾਉਣ ਕਰਨ ਦੀ ਮੌਤ ਹੋ ਗਈ। ਹੁਣ 100 ਦੀ ਕਾਰਵਾਈ ਸੀ ਅਮਰ ਜਾ ਰਹੇ। ਇਹਦੀ ਕੋਈ ਰਿਟਾਇਰਮੈਂਟ ਵੀ ਦੱਸੀ ਜਾ ਰਹੀ ਹੈ? ਇਸਦੀ 31 ਨੂੰ ਦੱਸਦੇ ਇਸ ਮਹੀਨੇ ਰਿਟਾਇਰਮੈਂਟ। ਅਤੇ ਇਹ ਜਿਹੜੀ ਔਨ ਡਿਊਟੀ ਮੌਤ ਹੋਈ? ਹਾਂਜੀ, ਔਨ ਡਿਊਟੀ ਮੌਤ ਹੋਈ। ਕੀ ਕੰਮ ਕੀ ਕਰਦਾ ਸੀ ਜੀ? ਰੇਲਵੇ 'ਚ ਕੀ ਮੈਂ ਸੀ ਰਿਪੇਅਰ ਦਾ ਕੰਮ ਕਰਦਾ ਸੀ, ਰੇਲਵੇ ਨਾਲ ਰਿਪੇਅਰ। ਅੱਛਾ, ਇਹ ਕਿੱਧਰ ਨੂੰ ਰਿਪੇਅਰ ਕਰਦਾ ਜਾ ਰਿਹਾ ਸੀ? ਇਹ ਜੀ ਸੰਤ ਫਤਿਹਗੜ੍ਹ ਸਾਹਿਬ ਸਾਈਡ ਜਾ ਰਹੇ, ਲਾਈਨਾਂ ਦੀ ਰਿਪੇਅਰ ਕਰਦਾ ਜਾ ਰਿਹਾ। ਦੱਸ ਦਈਏ ਕਿ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ 31 ਦਸੰਬਰ ਨੂੰ ਰਿਟਾਇਰਮੈਂਟ ਹੋਣ ਵਾਲੀ ਸੀ, ਜਿਸ ਨੂੰ ਲੈ ਕੇ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਸਨ, ਪਰ ਅਚਾਨਕ ਰੇਲ ਗੱਡੀ ਦੀ ਚਪੇਟ 'ਚ ਆਉਣ ਕਾਰਨ ਉਸਦੀ ਮੌਤ ਹੋ ਗਈ। ਫਤਿਹਗੜ੍ਹ ਸਾਹਿਬ ਤੋਂ ਸੰਜੇ ਸੈਣੀ, ਦੈਨਿਕ ਸਵੇਰਾ ਟੀਵੀ। ਅਜਨਾਲਾ 'ਚ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਨੇ ਆਪਣੇ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ ਅਤੇ ਇਸ ਮੌਕੇ ਬੋਨੀ ਅਜਨਾਲਾ ਨੇ ਸੂਬਾ ਸਰਕਾਰ 'ਤੇ ਤੰਜ ਕੱਸਦਿਆਂ ਹੋਇਆ ਕਿਹਾ ਕਿ ਸਰਕਾਰ ਵੱਲੋਂ ਖਜ਼ਾਨਾ ਖਾਲੀ ਹੋਣ ਦੀ ਗੱਲ ਕਹਿ ਕੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ।
ਅਜਨਾਲਾ 'ਚ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਵੱਲੋਂ ਆਪਣੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਬੋਨੀ ਅਜਨਾਲਾ ਨੇ ਸੂਬਾ ਸਰਕਾਰ ਤੇ ਤੰਜ ਕੱਸਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਖਜ਼ਾਨਾ ਖਾਲੀ ਹੋਣ ਦੀ ਗੱਲ ਕਹਿ ਕੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ। ਜਿਹੜਾ ਖਜ਼ਾਨਾ ਹੁੰਦਾ ਸਰਕਾਰਾਂ ਦਾ, ਭਾਵੇਂ ਸੈਂਟਰ ਸਰਕਾਰ ਦਾ ਭਾਵੇਂ ਸੂਬੇ ਸਰਕਾਰਾਂ ਦਾ, ਖਜ਼ਾਨੇ ਦਾ ਮਤਲਬ ਹਵਾ ਚਲਾਈ ਹੁੰਦੀ ਆ। ਇਹ ਨਹੀਂ ਕਿ ਰਾਜਿਆਂ ਮਹਾਰਾਜਿਆਂ ਨੂੰ ਤਰਜੋੜੀਆਂ ਭਰੀ ਜਾਣੀਆਂ, ਸੋਨੇ ਹੀਰਾ ਜਵਾਹਰਾਤ ਆਪਣੇ ਰੱਖੀ ਜਾਣੇ। ਜਿਹੜਾ ਹੁਣ ਦਾ ਡੈਮੋਕਰੇਟਿਕ ਸਿਸਟਮ ਦੇ ਵਿੱਚ ਆ, ਇਹਦੇ ਪੈਸੇ ਆਉਂਦੇ ਜਾਂਦੇ ਆ ਡੈਮੋਕਰੇਟਿਕ ਸਿਸਟਮ ਦੇ ਵਿੱਚ, ਅਤੇ ਸਰਕਾਰਾਂ ਦੇ ਖਜ਼ਾਨੇ ਕਦੀ ਖਾਲੀ ਹੋ ਨਹੀਂ ਸਕਦੇ। ਇਹਦੇ ਐਵੇਂ ਇੱਕ ਕੋਝਾ ਮਜ਼ਾਕ ਬਣਾਇਆ ਪਿਆ ਕਿ ਸਾਡੇ ਅਸੀਂ ਉਦਾਸਾ ਰਾਜਪਾਲ ਕੀਤਾ, ਜੋ ਸੰਗਤ ਨੇ ਮੰਗਿਆ, ਜੋ ਡਿਵੈਲਪਮੈਂਟ ਦੇ ਕੰਮ ਹੋਏ ਆ ਸਾਡੀ ਸਵੇਰੇ ਵੀ ਹੋਏ ਆ, ਅਤੇ ਇਹ ਜਿਹੜਾ ਰਣਜੀਤ ਬਿੱਟੂ ਨੇ ਬਿਆਨ ਦਿੱਤਾ, ਇਹਨਾਂ ਦਾ ਕੋਈ ਕਮਾਂਡ ਹੀ ਨਹੀਂ ਹੈ, ਕੋਈ ਇਹਨਾਂ ਦਾ ਮੁਖੀ ਹੈ ਨਹੀਂ ਹੈ। ਕੋਈ ਮੰਤਰੀ ਕੁਛ ਬੋਲਦਾ ਪਿਆ, ਕੋਈ ਮੰਤਰੀ ਕੁਛ ਬੋਲਦਾ, ਕੋਈ ਐਮ ਐਲ ਏ ਕੁਛ ਕਹਿੰਦਾ ਪਿਆ, ਕੋਈ ਕੁਛ ਕਹਿੰਦਾ ਪਿਆ। ਇਹ ਮੈਂ ਕਹੂੰਗਾ ਕਿ ਜਿਹੜਾ ਵਾੜਾ ਹੀ ਆ ਸਾਰਾ ਖਿਦਰਿਆ ਪਿਆ ਇਹਨਾਂ ਦਾ। ਗੌਰਤਲਬ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸੂਬਾ ਸਰਕਾਰ ਵੱਲੋਂ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਦਿੱਤੀ ਜਾ ਰਹੀ ਹੈ। ਅਜਨਾਲਾ ਤੋਂ ਪੰਕਜ ਮੱਲੀ, ਦੈਨਿਕ ਸਵੇਰਾ ਟੀਵੀ। ਇਹ ਸੀ ਅੱਜ ਦੀਆਂ ਖਾਸ ਖਬਰਾਂ। ਵਧੇਰੇ ਜਾਣਕਾਰੀ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ।